ਪਟਿਆਲਾ ਦੇ ਵਿੱਚ ਬਾਅਦ ਦੁਪਹਿਰ ਇੱਕ ਕਾਰ ਨੇ ਪਟਿਆਲਾ ਦੀਆਂ ਸੜਕਾਂ ਦੇ ਉੱਪਰ ਤਰਥਲੀ ਮਚਾ ਦਿੱਤੀ। ਕਾਰਨ ਕੀ ਸੀ ਉਹ ਵੀ ਤੁਹਾਨੂੰ ਦੱਸਾਂਗੇ, ਪਰ ਪਹਿਲਾਂ ਤੁਹਾਨੂੰ ਉਸ ਕਾਰ ਦੀ ਹਾਲਤ ਵੀ ਦਿਖਾਵਾਂਗੇ ਅਤੇ ਮੌਕੇ 'ਤੇ ਮੌਜੂਦ ਜਿਹੜੇ ਨੌਜਵਾਨ ਨੇ ਉਸ ਕਾਰ ਦਾ ਪਿੱਛਾ ਕੀਤਾ ਉਹਨੂੰ ਵੀ ਮਿਲਾਵਾਂਗੇ। ਤੁਸੀਂ ਕਾਰ ਦੀ ਹਾਲਤ ਦੇਖ ਲਓ ਕਿ ਕਿਸ ਤਰ੍ਹਾਂ ਇਹ ਜਿਹੜੀ ਕਾਰ ਸੀ ਇਸਨੇ ਕਈ ਵਾਹਨਾਂ ਨੂੰ ਟੱਕਰ ਮਾਰੀ। ਕਾਰਨ ਇਹ ਦੱਸਿਆ ਜਾ ਰਿਹਾ ਕਿ ਜਦੋਂ ਇੱਕ ਸਕੂਟੀ ਨੂੰ ਟੱਕਰ ਮਾਰੀ ਗਈ ਤਾਂ ਜਿਹੜੇ ਕਾਰ ਸਵਾਰ ਨੌਜਵਾਨ ਸੀ ਉਹ ਘਬਰਾ ਗਏ ਅਤੇ ਇਸ ਘਬਰਾਹਟ ਦੇ ਵਿੱਚ ਕਿ ਲੋਕ ਉਹਦਾ ਪਿੱਛਾ ਕਰ ਰਹੇ ਨੇ ਉਹ ਅੱਗੇ ਦੀ ਅੱਗੇ ਜਾਂਦੇ ਰਹੇ ਅਤੇ ਕਾਰ ਕਈ ਵਾਹਨਾਂ ਨੂੰ ਟੱਕਰ ਮਾਰਦੀ ਰਹੀ। ਫਿਲਹਾਲ ਪੁਲਿਸ ਨੇ ਦੋ ਲੜਕਿਆਂ ਨੂੰ ਆਪਣੇ ਕੋਲ ਰੱਖਿਆ ਹੋਇਆ। ਪੁਲਿਸ ਨੇ ਕਿਹਾ ਕਿ ਦੋ ਲੜਕੇ ਸੀਟ ਜਿਹੜੀ ਪਿਛਲੀ ਸੀਟ ਸੀ ਉਹਦੇ ਉੱਪਰ ਬੈਠੇ ਸੀ ਅਤੇ ਉਹਨਾਂ ਤੋਂ ਅਸੀਂ ਪੁੱਛਗਿੱਛ ਕਰ ਰਹੇ ਹਾਂ, ਸੰਗਰੂਰ ਜ਼ਿਲ੍ਹੇ ਦੇ ਦੱਸੇ ਜਾ ਰਹੇ ਨੇ। ਪਰ ਮੇਰੇ ਨਾਲ ਇੱਕ ਨੌਜਵਾਨ ਮੌਜੂਦ ਹੈ ਜਿਹੜਾ ਹੁਣ ਆਪਣੀ ਜਿਹੜੀ ਪਤਨੀ ਹੈ ਉਹਨੂੰ ਹਸਪਤਾਲ 'ਚ ਦਵਾਈ ਦਵਾ ਕੇ ਮੌਕੇ 'ਤੇ ਸਾਨੂੰ ਮਿਲਿਆ, ਵਿਕਰਾਂਤ ਹੈ ਇਹਦਾ ਨਾਮ। ਵਿਕਰਾਂਤ, ਤੁਹਾਡੇ ਸੱਟਾਂ ਲੱਗੀਆਂ ਨੇ, ਕਿੱਥੇ ਲੱਗੀਆਂ ਨੇ? ਸਰ ਪੈਰ 'ਤੇ ਲੱਗੀ ਹੋਈ, ਪੈਰ ਫ੍ਰੈਕਚਰ ਹੋਇਆ, ਹੱਥ ਫ੍ਰੈਕਚਰ ਹੋਇਆ ਅਤੇ ਪੈਰਾਂ 'ਚ ਦਰਦ ਹੈ ਜੀ ਅਤੇ ਗੁੰਮ ਚੁੱਟਣ ਲੱਗੀਆਂ। ਪੂਰੀ ਘਟਨਾ ਦੱਸੋ, ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਤੁਸੀਂ ਪਿੱਛਾ ਕੀਤਾ, ਤੁਸੀਂ ਕਿੱਥੋਂ ਆ ਰਹੇ ਸੀ? ਸਰ ਮੈਂ ਸਹਾਰਨਪੁਰ ਜਾ ਰਿਹਾ ਸੀ ਆਪਣੇ ਘਰ ਤੋਂ ਸਟੇਸ਼ਨ ਵਾਸਤੇ, ਠੀਕ ਹੈ ਜੀ। ਰਾਤ 'ਤੇ ਮੈਂ ਸਟੇਸ਼ਨ ਦੇ ਲਾਗੇ ਪਹੁੰਚਿਆ ਅਤੇ ਸਾਈਡ 'ਤੇ ਮੈਨੂੰ ਕਾਰ ਨੇ ਟੱਕਰ ਮਾਰਿਆ, ਠੀਕ ਹੈ ਜੀ। ਟੱਕਰ ਮਾਰਨ ਤੋਂ ਬਾਅਦ ਕਾਰ ਭਜਾ ਕੇ ਲੈ ਗਿਆ ਅਤੇ ਮੈਂ ਆਪਣਾ 5-10 ਮਿੰਟ ਉੱਥੇ ਹੀ ਖੜਾ ਰਿਹਾ ਅਤੇ ਦੁਬਾਰਾ ਘੁੰਮ ਕੇ ਕਾਰ ਵਾਲਾ ਉਸੇ ਜਗ੍ਹਾ 'ਤੇ ਆਇਆ ਅਤੇ ਅਸੀਂ ਰੋਕਣ ਦੀ ਕੋਸ਼ਿਸ਼ ਕਰੀ ਹੈ, ਉਹਨੂੰ ਹੱਥ ਦਿਆ, ਉਹਦੇ ਅੱਗੇ ਵਿਆਹ, ਪਰ ਅਗਲੇ ਨੇ ਕਾਰ ਨਹੀਂ ਰੋਕੀ ਅਤੇ ਵਾਈਫ, ਮੇਰੀ ਵਾਈਫ ਦੇ ਸਾਈਡ ਮਾਰ ਕੇ ਚਲਾ ਗਿਆ ਉਹ। ਅਸੀਂ ਰੋਕਣ ਦੀ ਕੋਸ਼ਿਸ਼ ਬਹੁਤ ਕਰੀ ਪਰ ਰੁਕਿਆ ਨਹੀਂ ਉਹ ਜੀ। ਵਿਕਰਾਂਤ, ਉਸ ਤੋਂ ਬਾਅਦ ਤੁਸੀਂ ਆਪਣੀ ਪਤਨੀ ਨੂੰ ਉੱਥੇ ਛੱਡਿਆ ਅਤੇ ਉਸ ਤੋਂ ਬਾਅਦ ਪਿੱਛੇ ਵੀ ਗਏ ਪਰ ਉਹ ਤੁਹਾਡੇ ਕਾਬੂ ਨਹੀਂ ਆਇਆ, ਉਹ ਦੱਸੋ ਕਿੱਥੇ ਕਿੱਥੇ ਤੱਕ ਗਿਆ ਉਹ? ਸਰ ਜੋ ਮੇਰੀ ਨੌਲੇਜ ਤਾਂ ਜਿੱਥੇ ਤੱਕ ਗਿਆ ਉਹ ਪੁਲ ਦੇ ਉੱਪਰ ਲੈ ਕੇ ਸਿੱਧਾ ਖੰਡਾ ਚੌਕ ਵੱਲ ਗਿਆ ਜੀ। ਯਾਨੀ ਕਿ ਤੁਸੀਂ ਰੇਲਵੇ ਸਟੇਸ਼ਨ ਤੋਂ ਉਹਦਾ ਪਿੱਛਾ ਕਰਨ ਲੱਗੇ? ਉਦੋਂ ਕਿਹੋ ਜਿਹੇ ਹਾਲਾਤ ਸੀ? ਤੁਸੀਂ ਸਕੂਟਰੀ 'ਤੇ ਸੀਗੇ? ਹਾਂਜੀ ਸਰ, ਸਕੂਟਰੀ 'ਤੇ ਸੀਗੇ। ਹਾਂਜੀ, ਸਕੂਟਰੀ 'ਤੇ ਸੀਗੇ, ਸਕੂਟਰੀ ਵੀ ਸਾਡੀ ਥੋੜ੍ਹੀ ਡੈਮੇਜ ਕਰਤੀ ਸੀਗੀ ਸਰ ਜੀ। ਹਾਂਜੀ, ਅਸੀਂ ਪਿੱਛੇ ਗਏ ਸੀ। ਕਿੰਨਾ ਕੁ ਪਿੱਛਾ ਕੀਤਾ ਅਤੇ ਉਸ ਤੋਂ ਬਾਅਦ ਉਹ ਤੇਜ਼ ਰਫਤਾਰ ਸੀ ਤਾਂ ਅੱਗੇ ਨਿਕਲ ਗਿਆ? ਅਸੀਂ ਪੁਲ ਦੇ ਉੱਪਰ ਚੜ੍ਹੇ ਔਰ ਤੇਜ਼ ਰਫਤਾਰ ਕਰਕੇ ਸਾਡੇ ਤੋਂ ਅੱਗੇ ਨਿਕਲ ਗਿਆ। ਸਾਨੂੰ ਬਾਅਦ 'ਚ ਪਤਾ ਲੱਗਿਆ ਕਿ ਮੌਕੇ 'ਤੇ ਕਿ ਉੱਥੇ ਬੰਦਾ ਫੜਿਆ ਹੋਇਆ ਸਰ ਅੱਗੇ। ਹਾਂਜੀ ਸਰ ਜੀ ਸਰ, ਜਦੋਂ ਤੁਸੀਂ ਹਾਲਾਤ ਦੇਖੇ ਨੇ, ਜਦੋਂ ਤੁਹਾਡੀ ਘਰ ਵਾਲੀ ਹੈ ਤੁਸੀਂ ਸਕੂਟੀ 'ਤੇ ਸੀ ਉਦੋਂ ਟੱਕਰ ਮਾਰੀ ਤਾਂ ਉਸ ਤੋਂ ਬਾਅਦ ਕੀ ਹੋਇਆ? ਲੋਕਾਂ ਨੇ ਹੋਰ ਨਹੀਂ ਪਿੱਛਾ ਕੀਤਾ ਅਤੇ ਤੁਸੀਂ ਵੀ ਕੀਤਾ? ਹਾਂਜੀ ਸਰ, ਲੋਕਾਂ ਨੇ ਵੀ ਪਿੱਛਾ ਕਰਿਆ ਅਤੇ ਮੈਂ ਵੀ ਕਰਿਆ ਸਰ ਜੀ ਸਰ। ਅਤੇ ਸੱਟ ਕਿਹਦੇ ਲੱਗੀ ਹੈ? ਸਰ ਮੇਰੇ ਵੀ ਲੱਗੀ ਹੈ, ਮੇਰੇ ਵਾਈਫ ਦੇ ਗੁੰਮ ਚੋਟ ਲੱਗੀ ਹੋਈ ਹੈ ਸਰ। ਹੋਸਪਿਟਲ 'ਚ ਦਵਾਈ ਲੈ ਕੇ ਫਿਰ ਮੈਂ ਸਰ ਇੱਧਰ ਆਇਆ ਜੀ ਸਰ। ਹੁਣ ਤੁਸੀਂ ਪੁਲਿਸ ਸਟੇਸ਼ਨ ਆਏ ਸੀ? ਹਾਂਜੀ ਸਰ। ਕੀ ਹੋਇਆ ਇੱਥੇ? ਬਸ ਸਰ, ਸਾਨੂੰ ਕੰਪਲੇਂਟ ਕਰੀ ਹੋਈ ਹੈ ਜੀ, ਜੋ ਸਾਨੂੰ ਪ੍ਰੋਬਲਮ, ਜੋ ਦਿੱਕਤ ਹੋਈ ਹੈ ਸਾਨੂੰ, ਅਸੀਂ ਸਾਰੀ ਦੱਸੀ ਹੈ ਜੀ ਸਰ। ਯਾਨੀ ਕਿ ਪੁਲਿਸ ਨੇ ਥੋੜੀ ਮਦਦ ਕੀਤੀ? ਬਿਲਕੁਲ ਸਰ, 101% ਸਾਡੀ ਮਦਦ ਕੀਤੀ, ਸਾਡੀ ਸੁਣਵਾਈ ਹੋਈ ਹੈ। ਵਿਕਰਾਂਤ, ਇਹ ਗੱਲ ਹੋਰ ਦੱਸੋ ਕਿ ਜਿਸ ਤਰ੍ਹਾਂ ਤੁਹਾਨੂੰ ਕਾਰ ਨੇ ਟੱਕਰ ਮਾਰੀ ਹੈ, ਹੋਰ ਲੋਕਾਂ ਨੂੰ ਵੀ ਮਾਰੀ ਹੋਊਗੀ? ਰੱਬ ਨਾ ਕਰੇ ਕਿ ਜੇ ਤੁਸੀਂ ਉਸ ਕਾਰ ਦੇ ਅੱਗੇ ਆ ਜਾਂਦੇ ਪੂਰੀ ਤਰ੍ਹਾਂ ਤਾਂ ਹੋ ਸਕਦਾ ਜ਼ਿਆਦਾ ਨੁਕਸਾਨ ਹੁੰਦਾ। ਬਿਲਕੁਲ ਸਰ, ਉਹਦਾ ਜਾਨ ਵੀ ਜਾ ਸਕਦੀ ਸੀਗੀ ਸਾਡੀ ਤਾਂ, ਜਿਸ ਤਰ੍ਹਾਂ ਉਹਨੇ ਕਾਰ ਭਜਾਈ ਸੀਗੀ ਅਤੇ ਕਾਰ 'ਤੇ ਟੱਕਰ ਮਾਰੀ ਲੋਕਾਂ ਨੂੰ ਵੀ। ਤੁਹਾਨੂੰ ਪਿੱਛੇ ਆਉਣਾ ਹੀ ਦਿੱਤਾ? ਨਹੀਂ ਜੀ ਸਰ, ਜਦੋਂ ਅਸੀਂ ਪਿੱਛੇ ਕਰੇ ਤਾਂ ਸਾਡੇ ਤੋਂ ਬਹੁਤ ਅੱਗੇ ਤੇਜ਼ੀ ਨਾਲ ਕੱਢ ਕੇ ਲੈ ਗਿਆ ਉਹ ਅਤੇ ਉਸ ਨੂੰ ਅੱਗੇ ਜਾ ਕੇ ਖੰਡਾ ਚੌਂਕ 'ਚ ਪੁਲਿਸ ਨੇ ਕਾਬੂ ਕੀਤਾ? ਹਾਂਜੀ, ਪੁਲਿਸ ਨੇ ਕਾਬੂ ਕਰਿਆ ਸਰ। ਉਸ ਤੋਂ ਬਾਅਦ ਥਾਣੇ ਲਿਆਏ? ਹਾਂਜੀ ਬਿਲਕੁਲ। ਸੋ ਦੇਖੋ, ਇਹ ਵਿਕਰਾਂਤ ਹੈ ਜਿਹੜਾ ਉਸ ਸਮੇਂ ਸਭ ਤੋਂ ਪਹਿਲਾਂ ਜਿਸ ਨੂੰ ਉਸ ਕਾਰ ਦੇ ਵੱਲੋਂ ਹਿੱਟ ਕੀਤਾ ਗਿਆ ਜਦੋਂ ਆਪਣੀ ਪਤਨੀ ਦੇ ਨਾਲ ਅਤੇ ਆਪਣੀ ਛੋਟੀ ਭੈਣ ਦੇ ਨਾਲ ਐਕਟਿਵਾ ਦੇ ਉੱਪਰ ਜਾ ਰਿਹਾ ਸੀ। ਜਿਵੇਂ ਹੀ ਉਹ ਆਪਣੀ ਘਰ ਵਾਲੀ ਨੂੰ ਸੰਭਾਲਣ ਲੱਗਿਆ ਕਿ ਕਾਰ ਹਿੱਟ ਕਰਕੇ ਚਲੀ ਗਈ ਤਾਂ ਕਾਰ ਦੁਬਾਰਾ ਚੌਂਕ ਤੋਂ ਘੁੰਮ ਕੇ ਆਉਂਦੀ ਹੈ ਅਤੇ ਇਹਨਾਂ ਦੇ ਕੋਲ ਆ ਕੇ ਫਿਰ ਜਦੋਂ ਟੱਕਰ ਮਾਰਨ ਦੀ ਕੋਸ਼ਿਸ਼ ਕਰਦੀ ਹੈ, ਕਿਉਂਕਿ ਕਾਰ ਬਹੁਤ ਜ਼ਿਆਦਾ ਤੇਜ਼ ਸੀ, ਨੌਜਵਾਨ ਬਚਣ ਦੇ ਲਈ, ਆਪਾਂ ਕਹਿ ਸਕਦੇ ਕਿ ਭੀੜ ਤੋਂ ਬਚਣ ਦੇ ਲਈ ਕੋਈ ਗਲਤੀ ਹੋ ਗਈ, ਐਸਾ ਸਾਹਮਣੇ ਆ ਰਿਹਾ। ਫਿਰ ਇਹਨਾਂ ਦੇ ਵਿੱਚ ਵੱਜਦੇ ਨੇ ਅਤੇ ਉਸ ਤੋਂ ਬਾਅਦ ਵਿਕਰਾਂਤ ਹੈ ਜਿਹੜਾ, ਵਿਕਰਾਂਤ ਆਪਣੀ ਸਕੂਟਰੀ ਲੈ ਕੇ ਉਸ ਕਾਰ ਦਾ 1-2 ਕਿਲੋਮੀਟਰ ਤੱਕ ਪਿੱਛਾ ਕਰਦਾ, ਪਰ ਅੱਗੇ ਲਾਈਟਾਂ 'ਤੇ ਜਾ ਕੇ ਕਾਰ ਜਦੋਂ ਵਾਪਸ ਮੁੜ ਜਾਂਦੀ ਹੈ ਤਾਂ ਇਸ ਦੇ ਹੱਥ ਨਹੀਂ ਆਉਂਦੀ ਅਤੇ ਵਾਪਸ ਆਪਣੇ ਪਰਿਵਾਰ ਕੋਲ ਆ ਜਾਂਦਾ। ਉਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਇਸ ਦੇ ਵੱਲੋਂ,
ਤੇ ਅਗਲੀ ਜਿਹੜੀ ਕਾਰਵਾਈ ਹੈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਪਰ ਅੱਜ ਦੀ ਇਸ ਘਟਨਾ ਦੇ ਇੱਕ ਵਾਰੀ ਫਿਰ ਸਵਾਲ ਖੜੇ ਕਰ ਦਿੱਤੇ ਨੇ ਕਿ ਆਖਿਰ ਜੇਕਰ ਐਕਸੀਡੈਂਟ ਵੀ ਉਹਨਾਂ ਕਾਰ ਸਵਾਰਾਂ ਤੋਂ ਹੋ ਗਿਆ ਸੀ ਤਾਂ ਆਖਿਰ ਭੱਜਣ ਦੀ ਕੀ ਲੋੜ ਸੀ, ਕਿਉਂਕਿ ਇਸ ਭੱਜਣ ਦੇ ਚੱਕਰ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਛੋਟੇ ਵਾਹਨ ਨੇ, ਦੁਪਹੀਆ ਵਾਹਨ ਨੇ, ਉਹਨਾਂ ਨੂੰ ਕਾਰ ਨੇ ਟੱਕਰ ਮਾਰੀ ਅਤੇ ਕਈ ਲੋਕਾਂ ਦੇ ਸੱਟਾਂ ਵੀ ਲੱਗੀਆਂ, ਜਿਨ੍ਹਾਂ ਦੇ ਵਿੱਚੋਂ ਵਿਕਰਾਂਤ ਅਤੇ ਉਸਦੀ ਘਰਵਾਲੀ ਵੀ ਸ਼ਾਮਿਲ ਨੇ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18, ਪੰਜਾਬ।